ਮਲੇਰਕੋਟਲਾ ਦਾ ਤੇਲੀਆਂ ਵਾਲਾ ਬਾਜ਼ਾਰ ਜਿੱਥੇ ਔਰਤਾਂ ਵੱਲੋਂ ਈਦ ਦੇ ਚੱਲਦਿਆਂ ਨਵੇਂ ਕੱਪੜੇ, ਚੂੜੀਆਂ ਤੇ ਮਹਿੰਦੀ ਆਦਿ ਲਗਵਾਈ ਜਾ ਰਹੀ ਹੈ। ਔਰਤਾਂ ਆਪਣੀ ਜ਼ਰੂਰਤ ਦਾ ਸਮਾਨ ਬਾਜ਼ਾਰ ਵਿੱਚੋਂ ਖਰੀਦਦੀਆਂ ਨੇ। ਉੱਥੇ ਬੱਚਿਆਂ ਨੂੰ ਵੀ ਉਹਨਾਂ ਦੇ ਮਨਪਸੰਦ ਦਾ ਸਮਾਨ ਅਤੇ ਕੱਪੜੇ ਖਰੀਦ ਕੇ ਦਿੱਤੇ ਜਾ ਰਹੇ ਨੇ। ਇਸ ਦਿਨ ਨੂੰ ਬਹੁਤ ਅਹਿਮ ਮੰਨਿਆ ਜਾਂਦਾ ਹੈ। ਪੂਰੇ ਸਾਲ ਵਿੱਚ ਇਹੀ ਇੱਕ ਮਹੀਨਾ ਹੈ ਜਦੋਂ ਦੁਕਾਨਦਾਰਾਂ ਦੀ ਗ੍ਰਾਹਕੀ ਵੱਧ ਜਾਂਦੀ ਹੈ ਅਤੇ ਦੂਜੇ ਪਾਸੇ ਔਰਤਾਂ ਵੱਧ ਸੱਜ ਸਵਰਦੀਆਂ ਨੇ ਤੇ ਇਸ ਦੇ ਚੱਲਦਿਆਂ ਬਿਊਟੀ ਪਾਰਲਰਾਂ ਵਿੱਚ ਵੀ ਭਾਰੀ ਭੀੜ ਨਜ਼ਰ ਆਉਂਦੀ ਹੈ। ਹੋਰਨਾਂ ਦੁਕਾਨਦਾਰਾਂ ਵੱਲੋਂ ਵੀ ਖੁਸ਼ੀ ਜ਼ਾਹਿਰ ਕੀਤੀ ਗਈ ਹੈ ਤੇ ਆਖਿਆ ਗਿਆ ਹੈ ਕਿ ਉਹਨਾਂ ਦੀ ਵਿਕਰੀ ਇਹਨਾਂ ਦਿਨਾਂ ਵਿੱਚ ਇੱਕ ਸਾਲ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਜ਼ਿਕਰਯੋਗ ਹੈ ਕਿ ਇਹ ਦੁਕਾਨਾਂ ਦਿਨ ਰਾਤ ਖੁੱਲੀਆਂ ਰਹਿੰਦੀਆਂ ਨੇ ਤਾਂ ਜੋ ਖਰੀਦਾਰੀ ਕਰਨ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਇਸ ਵਾਰ ਦੀ ਈਦ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਦਿਖ ਰਿਹਾ ਹੈ ਤੇ ਲੋਕ ਖਰੀਦਾਰੀ ਕਰਨ ਵਿੱਚ ਲੱਗੇ ਹੋਏ ਨੇ। ਇਹ ਬਹੁਤ ਖਰੀਦਦੇ ਨੇ ਤੇ ਚਹਿਲ ਪਹਿਲ ਪੂਰੀ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਇਸ ਟਾਈਮ। ਇਹ ਜਿਹੜਾ ਤਿਉਹਾਰ ਹੈ, ਤਿਉਹਾਰ ਤੇ ਹਰੇਕ ਦੁਕਾਨਦਾਰ ਨੂੰ ਆਸ ਹੁੰਦੀ ਹੈ ਕਿ ਸਾਡਾ ਸੀਜ਼ਨਲ ਲੱਗਣ ਵਾਲਾ ਹੈ, ਪਰ ਸੀਜ਼ਨ ਦੇ ਤਹਿਤ ਹੀ ਇਹ ਕੰਮ ਚੱਲ ਰਿਹਾ ਹੈ। ਸਾਡੇ ਨਾਲ ਵੱਧ ਜਿਹੜੀ ਗਾਹਕੀ ਹੈ ਉਹ ਈਦ ਦੇ ਤਿਉਹਾਰ 'ਤੇ ਹੁੰਦੀ ਹੈ, ਪਰ ਆਮ ਰੂਟੀਨ ਦੇ ਵਿੱਚ ਜੋ ਕੰਮ ਚੱਲਦਾ ਉਹ ਤਾਂ ਚੱਲਦਾ ਹੀ ਹੈ। ਈਦ 'ਤੇ ਸਾਨੂੰ ਵੀ ਆਸ ਹੁੰਦੀ ਹੈ ਅਤੇ ਹੁਣ ਇਸ ਟਾਈਮ ਬਹੁਤ ਵਧੀਆ ਵਪਾਰ ਹੈ, ਅੱਛਾ ਚੱਲ ਰਿਹਾ। ਹਰ ਬੰਦਾ ਖੁਸ਼ੀ ਬਣਾਉਂਦਾ ਹੈ ਇਸ ਤਿਉਹਾਰ ਦੀ। ਬਾਜ਼ਾਰ 'ਚ ਬਹੁਤ ਜ਼ਿਆਦਾ ਰੌਣਕ ਹੈ, ਅਸੀਂ ਆਪ ਵੀ ਸ਼ੋਪਿੰਗ ਕਰ ਰਹੇ ਹਾਂ ਅਤੇ ਕੱਪੜੇ ਵਗੈਰਾ ਅਤੇ ਬੂਟ ਵਗੈਰਾ ਅਸੀਂ ਆਪ ਵੀ ਬਾਜ਼ਾਰ 'ਚੋਂ ਲੈ ਰਹੇ ਹਾਂ। ਬਾਜ਼ਾਰ 'ਚ ਬਹੁਤ ਜ਼ਿਆਦਾ ਰੌਣਕਾਂ ਨੇ ਜੀ, ਇਸ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਇਸ ਈਦ ਦਾ ਜੀ। ਸਾਲ ਮੈਂ ਦੋ ਹੀ ਤਿਉਹਾਰ ਹੈ, ਇੱਕ ਈਦ ਉਲ ਫਿਤਰ ਕਾ ਤਿਉਹਾਰ ਹੈ, ਇੱਕ ਈਦ ਉਲ ਅਜ਼ਹਾ ਕਾ ਤਿਉਹਾਰ ਹੈ, ਔਰ ਇਨ ਦੋਨੋਂ ਤਿਉਹਾਰ ਕੀ ਇਸਲਾਮੀ ਤਾਲੀਮਾਤ ਕੇ ਅੰਦਰ ਬੜੀ ਅਹਿਮੀਅਤ ਹੈ। ਔਰ ਯੇ ਦੋਨੋਂ ਤਿਉਹਾਰ ਜੋ ਹੈ ਮਹਿਜ਼ ਇਸ ਲਈ ਨਹੀਂ ਹੈ ਕਿ ਆਦਮੀ ਇਨ ਦੋ ਦਿਨੋਂ ਕੇ ਅੰਦਰ ਸਿਰਫ ਖੁਸ਼ੀਆਂ ਹੀ ਮਨਾਏ, ਬਲਕਿ ਇਹ ਤਿਉਹਾਰ ਇਸ ਲਈ ਹੈ ਕਿ ਆਦਮੀ ਇਨ ਤਿਉਹਾਰੋਂ ਕੇ ਮੌਕੇ ਪਰ ਆਪਣੇ ਰੱਬ ਸੇ ਖਾਸ ਤੌਰ ਪਰ ਆਪਣਾ ਤਾਲੁਕ ਕਾਇਮ ਕਰੇ।